ਮਾਸਟਰ ਕੈਟਰਪੀ ਦੀ ਤੁਸੀਂ ਬੜੇ ਚਿਰ ਤੋਂ ਅੜੀ ਕਰੇ ਸੀ ਹੁਣ ਮੈਂ ਸੋਨੇ ਇੱਕ ਚੀਜ਼ ਦੱਸਦਾ ਕਿ ਜਿਵੇਂ ਤੁਹਾਡੇ ਸਾਹਮਣੇ ਚੀਜ਼ ਲਿਖੀ ਹੈ ਬਿਲਕੁਲ ਇਸੇ ਤਰ੍ਹਾਂ ਹੀ ਗੱਲ ਕਰਾਂਗੇ ਚੈਨਲ ਦੇ ਨਾਲ ਇੱਕ ਵਾਰੀ ਜੁੜ ਜੋ ਟਾਡੀ ਹਰ ਇੱਕ ਜਾਣਕਾਰੀ ਮਾਸਟ ਗੇਟ ਨੂੰ ਲੈ ਕੇ ਤੁਸੀਂ 55% ਵਾਲੇ ਹੈਗੇ ਹੋ ਚਾਹੇ ਭਰਤੀਆਂ ਪੋਸਟਾਂ ਕਦੋਂ ਆ ਰਹੀਆਂ ਕਿੰਨੀ ਗਿਣਤੀ ਚ ਆ ਰਹੀਆਂ ਤਾਂ ਇਹਨਾਂ ਦੀ ਤਿਆਰੀ ਅਸੀਂ ਕਿਸ ਤਰੀਕੇ ਨਾਲ ਕਰ ਸਕਦੇ ਹੈਗੇ ਆ ਤਾਂ ਐਸਐਸਟੀ ਮਾਸਟ ਗੇਟ ਜਾਂ ਪੰਜਾਬੀ ਮਾਸਟ ਗੇਟ ਦੀ ਤਿਆਰੀ ਕਿਵੇਂ ਕਰਨੀ ਹੈ ਸੋ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਆਪਾਂ ਡਿਸਕਸ ਕਰਾਂਗੇ ਪਰ ਵੀਡੀਓ ਦਾ ਇੱਕ ਇੱਕ ਪੁਆਇੰਟ ਐਂਡ ਤੇ ਇੱਕ ਸੁਣੋ ਕਿੰਨੀ ਗਿਣਤੀ ਚ ਮਾਸਟ ਗੇਟ ਭਰਤੀ ਦੀ ਸੁਭਾਵਨਾ ਹੈਗੀ ਤੇ ਲੈਕਚਰਰ ਜਾਂ ਈਟੀਟੀ ਦੀਆਂ ਭਰਤੀਆਂ ਆ ਸਕਦੀਆਂ ਨੇ ਸੋ ਉਹ ਵੀ ਗੱਲ ਕਰਾਂਗੇ ਸੋ ਉਸ ਤੋਂ ਪਹਿਲਾਂ ਸਨ ਦੱਸ ਦਈਏ ਚੈਨਲ ਦੇ ਨਾਮ ਹੈਗੇ ਹੁਣੇ ਹੀ ਸਬਸਕ੍ਰਾਈਬ ਕਰੋ ਪਹਿਲੇ ਕਿਨ ਦਾ ਬਟਨ ਦ ਬਿੱਦ ਸਬੂਤਾਂ ਤੇ ਬਿੱਦ ਤਰਕ ਦੇ ਹਿਸਾਬ ਨਾਲ ਸਾਰੀ ਗੱਲ ਤੁਹਾਡੇ ਨਾਲ ਆਪਾਂ ਕਰਨ ਜਾ ਰਹੇ ਆ ਹੁਣ ਜੇਕਰ ਮੈਂ ਤੁਹਾਨੂੰ ਇੱਥੇ ਇੱਕ ਗੱਲ ਨੋਟ ਕਰਾਵਾ ਤੁਸੀਂ ਦੇਖੋਗੇ ਕਿ ਪਿਛਲੇ ਦਿਨਾਂ ਚ ਇੱਕ ਪਿਛਲੇ ਦਿਨਾਂ ਚ ਇੱਕ ਨੋਟਿਸ ਵਾਇਰਲ ਹੋਇਆ ਸੀ ਇਸ ਨੋਟਿਸ ਨੂੰ ਧਿਆਨ ਚ ਦਿਓ ਇਸ ਨੋਟਿਸ ਦੇ ਵਿੱਚ ਕੀ ਹੈਗਾ ਸੀ ਤਿਆਰੀ ਵਾਲਾ ਬਿਲਕੁਲ ਤੁਹਾਨੂੰ ਸਿੰਪਲ ਫੰਡਾ ਦੱਸਾਂਗੇ ਬਿਲਕੁਲ ਤੁਸੀਂ ਘਰੇ ਬੈਠੇ ਤਿਆਰੀ ਕਰ ਸਕਦੇ ਹੋ ਉਹ ਵੀ ਸੁਣਾ ਦਿਆਂ ਇਹ ਨੋਟਿਸ ਆਇਆ ਸੀ ਜਿਹਦੇ ਵਿੱਚ ਲਿਖਿਆ ਸੀ ਕਿ ਰਿਕਰੂਟਮੈਂਟ ਪ੍ਰੋਮੋਸ਼ਨਸ ਮੈਂ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਹਾਂ ਉਸ ਤੋਂ ਫਿਰ ਇੱਕ ਹੋਰ ਨੋਟਿਸ ਆਇਆ ਸੀ ਇਹ ਨੋਟਿਸ ਕਹਿੰਦੇ ਵੀ ਖਾਲੀ ਪਈਆਂ ਅਸਾਮੀਆਂ ਮਾਸਟਰ ਗ੍ਰੇਡ ਲੈਕਚਰਰ ਜਾਂ ਪ੍ਰਿੰਸੀਪਲ ਜਾਂ ਕੋਈ ਹੋਰ ਅਸਾਮੀਆਂ ਜਿਹੜੀਆਂ ਪੀਟੀਆਈ ਅਸਾਮੀਆਂ ਠੀਕ ਹੈ ਸੋ ਉਹਨਾਂ ਬਾਰੇ ਕਿ 19 ਨੂੰ ਇੱਕ ਮੀਟਿੰਗ ਹੋਣ ਜਾ ਰਹੀ ਆ ਪਰ ਇਹ ਮੀ ਨੋਟ ਸਵੈਰਨ ਹੋਏ ਜਿਨ੍ਹਾਂ ਚ ਵੈਕੈਂਸੀ ਬਾਰੇ ਦੱਸਿਆ ਗਿਆ ਠੀਕ ਹੈ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਇੱਕ ਹੋਰ ਨੋਟਿਸ ਆਇਆ ਕਿ ਜਿਹੜੀ 19 ਨੂੰ ਮੀਟਿੰਗ ਹੋਣੀ ਸੀ ਉਹ ਮੀਟਿੰਗ 19 ਨੂੰ ਹੋਣ ਦੀ ਬਜਾਏ ਉਹ 24 ਨੂੰ ਰੱਖ ਦਿੱਤੀ ਗਈ ਜਿਵੇਂ ਹੁਣ ਮੈਂ ਅੱਜ ਵੀਡੀਓ ਬਣਾ ਰਿਹਾ 25 ਤਰੀਕ ਹੈ ਇਸ ਤੋਂ ਇੱਕ ਦਿਨ ਪਹਿਲਾਂ 24 ਤਰੀਕ ਸੀ 24 ਤਰੀਕ ਨੂੰ ਕੀ ਨਿਕਲ ਕੇ ਸਾਹਮਣੇ ਆਇਆ ਹੁਣ ਜਿਨਾਂ ਨੂੰ ਇਹ ਸ਼ੱਕ ਲੱਗਦਾ ਵੀ ਕਿਤੇ ਨਾ ਕਿਤੇ ਸੋਰਸ ਕੀ ਆ ਆ ਤੁਹਾਡੇ ਸਾਹਮਣੇ ਇਦੋਂ ਵੱਡਾ ਸੋਰਸ ਕੁਝ ਨਹੀਂ ਹੋ ਸਕਦਾ ਬਿਲਕੁਲ ਆਥੈਂਟਿਕ ਚੀਜ਼ ਸੁਣਨਾ ਚਾਹੁੰਦੇ ਹੋ ਬਿਲਕੁਲ ਆਫੀਸ਼ੀਅਲ ਚੀਜ਼ਾਂ ਦੇਖਣਾ ਚਾਹੁੰਦੇ ਹੋ ਕਿ ਕਦੋਂ ਭਾਰਤੀਆਂ ਪੰਜਾਬ ਚ ਆਉਂਦੀਆਂ ਤਾਂ ਹੁਣੇ ਹੀ ਐਮ ਐਸ ਡਬਲਯੂ ਸਟੱਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲੇ ਕੰ ਦਾ ਬਟਨ ਦਬਲੋ ਹੁਣ ਇਹ ਨੋਟਸ ਤੁਸੀਂ ਆਪ ਦੇ ਨੂੰ ਵੀ 24 ਨੂੰ ਮੀਟਿੰਗ ਤੋਂ ਬਾਅਦ ਫਿਰ ਕੀ ਨਿਕਲ ਕੇ ਆਇਆ 24 ਨੂੰ ਮੀਟਿੰਗ ਤੋਂ ਬਾਅਦ ਆ ਚੀਜ਼ ਨਿਕਲ ਕੇ ਆਈ ਹੈ ਕਹਿੰਦੇ ਵੀ 3500 ਬੀ ਐਡ ਦੀਆਂ ਪੋਸਟਾਂ ਲੈਕਚਰਰ ਦੀ ਇਥੇ ਕੋਈ ਨਹੀਂ ਲਿ ਈਡੀਆਂ 2000 ਤੇ ਈਟੀਟੀ ਦੀਆਂ 4000 ਪੋਸਟਾਂ 10 ਦਿਨਾਂ ਦੇ ਅੰਦਰ ਨੋਟੀਫਿਕੇਸ਼ਨ ਆ ਰਹੇ ਆ ਹੁਣ ਇੱਥੇ ਮੈਂ ਨਹੀਂ ਕਹਾਗਾ ਵੀ 10 ਦਿਨਾਂ ਦੇ ਅੰਦਰ ਆ ਰਿਹਾ ਇਹ ਮੈਂ ਤੁਹਾਨੂੰ ਇੱਕ ਕਟਿੰਗ ਦਿਖਾਈ ਹੈ ਜਿਥੋਂ ਚੀਜ਼ਾਂ ਆਈਆਂ ਨੇ ਹੁਣ ਅਸਲ ਮੇਨ ਮੁੱਦਾ ਤੇ ਇਹ ਆ ਵੀ ਨੋਟੀਫਿਕੇਸ਼ਨ ਕਿੰਨੇ ਦੇਣਾ ਚਾ ਰਹੇ ਆ ਕਿੰਨੀ ਵੈਕੈਂਸੀ ਆ ਰਹੀ ਆ 55% ਦੇ ਆਧਾਰ ਤੇ ਆ ਰਹੀ ਹੈ ਜਾਂ ਕਿਸ ਤਰ੍ਹਾਂ ਹਨ ਸੋ ਜੁਨੀਅਨ ਇੱਕ ਪਾਸੇ ਪ੍ਰੋਟੈਸਟ ਕਰੀ ਹੈਗੀ ਹੈ ਸੋ ਉਹ ਜੇ ਪ੍ਰੋਟੈਸਟ ਕਰ ਰਹੀ ਹੈ ਤਾਂ ਉਹਨਾਂ ਦੇ ਹੀ ਬਦੌਲਤ ਇਹ ਚੀਜ਼ਾਂ ਚੱਲ ਰਹੀਆਂ ਬੈਕਗ੍ਰਾਉਂਡ ਤੇ ਤੁਸੀਂ ਜੁਨੀਅਨ ਦਾ ਸਾਥ ਦਿਓ ਤਾਂ ਕਿ ਜਲਦੀ ਇਹ ਸਾਰੀਆਂ ਚੀਜ਼ਾਂ ਇਮਪਲਾਈ ਹੋ ਜਾਣ ਹੁਣ ਇੱਥੇ ਮੈਂ ਤੁਹਾਨੂੰ ਦੱਸਦਾ ਤੁਸੀਂ ਜੇਕਰ ਤਿਆਰੀ ਕਰਨੀ ਹੈ ਐਂਡ ਤੇ ਕੁਝ ਹੋਰ ਗੱਲਾਂ ਕੇ ਜਾऊंगा मैं जेकर ਤੁਸੀਂ ਤਿਆਰੀ ਕਰਨੀ ਹੈ ਮਾਸਟਰ ਜੇ ਐਸਐਸਟੀ ਦੇ ਪੰਜਾਬੀ ਦੀ ਉਹਦੇ ਵਾਸਤੇ ਸਭ ਤੋਂ ਵੱਡੀ ਤੁਹਾਨੂੰ ਯਾਰ ਐਦੂ ਤਾਕੜੀ ਚੀਜ਼ ਨਹੀਂ ਮਿਲੂਗੀ ਆ ਤੁਸੀਂ ਚੈੱਕ ਕਰੋ ਪਹਿਲਾਂ ਦਾ ਠੀਕ ਹੈ ਪਹਿਲਾਂ ਤੁਸੀਂ ਆ ਚੈੱਕ ਕਰੋ ਤੁਹਾਡੇ ਸਾਹਮਣੇ ਆ ਗਿਆ ਕਿ ਜਿਵੇਂ ਆਪਣੇ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਜਿਨ੍ਹਾਂ ਨੇ ਤਿਆਰੀ ਕੀਤੀ एसएसटी मास्टर कार्ड ਤੇ ਤੁਸੀਂ ਸਕੋਰ ਚੈੱਕ ਕਰ ਲਓ ਸਟੂਡੈਂਟ ਦੇ 145 ਤੁਹਾਡੇ ਸਾਹਮਣੇ ਹੈ 145 ਸਕੋਰ ਆ ਦੇਖੋ 145 BC ਕੈਟਾਗਰੀ ਫਿਰ ਤੁਸੀਂ ਦੇਖੋਗੇ ਅੱਗੇ ਫਿਰ 140 ਠੀਕ ਹੈ ਉਸ ਤੋਂ ਬਾਅਦ ਫਿਰ ਦੇਖੋਗੇ ਅੱਗੇ ਤੁਸੀਂ ਦੇਖੋਗੇ 145 ਲਵਪ੍ਰੀ ਸਿੰਘੇ ਲੱਗੇ ਹੋਏ ਨੇ ਮਾਸਟਰ ਕਾਰਡ ਚ ਕਿਉਂਕਿ ਦੂਸਰੀ ਵਾਰ ਜਨਾ 121 ਸਕੋਰ ਤੇ ਆਇਆ ਸੀ ਇਹ ਉਸ ਤੋਂ ਬਾਅਦ ਤੁਸੀਂ 145 एसएसटी ਫਿਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਇਹ ਆਪਣੇ ਸਟੂਡੈਂਟ ਇਹ ਵੀ ਮਾਸਟਰ ਕਾਰਡ ਚ ਜਿਹੜੇ ਸਿਲੈਕਟਡ ਹੈਗੇ ਆ 141 ਠੀਕ ਹੈ ਇੰਦਰਜੀਤ ਕੌਰ ਉਸ ਤੋਂ ਬਾਅਦ ਤੁਸੀਂ ਦੇਖੋ ਉਹ ਹੋਰ ਬਹੁਤ ਸਾਰੇ 141 ਮਨਜੀਤ ਕੌਰ ਠੀਕ ਹੈ ਸੋ ਇਹਨਾਂ ਜੋ ਬਹੁਤ ਸਾਰੇ ਸਟੂਡੈਂਟ ਜਿਹੜੇ ਸਿਲੈਕਟ ਨਹੀਂ ਹੋ ਪਾਏ ਕਿਉਂਕਿ ਉਸ ਟਾਈਮ ਪੋਸਟਾਂ ਦੀ ਬਹੁਤ ਗਿਣਤੀ ਘੱਟ ਸੀ ਜਦੋਂ ਆਪਾਂ ਤਿਆਰੀ ਕਰਾਈ ਸੀ 141 ਕੋਮਲ ਕੌਰ ਠੀਕ ਹੈ ਸੋ 140 ਪਲੱਸ ਵਾਲੇ ਘੱਟੋ ਘੜ 7-8 ਸਟੂਡੈਂਟ ਸੀ 130 ਪਲੱਸ ਵਾਲੇ ਜਿਹੜੇ ਆਪਣੇ ਚੈਨਲ ਰਾਹੀਂ ਤਿਆਰੀ ਕਰਕੇ ਪੇਡ ਕੋਰਸਾਂ ਰਾਹੀਂ ਆ ਦੇਖੋ ਲਿਖਿਆ ਹੈ ਉੱਪਰ ਪੇਡ ਕਲਾਸ ਠੀਕ ਹੈ ਸਪੈਸ਼ਲ ਲਿਖਿਆ ਹੈ ਪੇਡ ਕਲਾਸ ਇਹਨਾਂ ਕਲਾਸਾਂ ਰਾਹੀਂ ਤਿਆਰੀ ਕੀਤੀ ਹੋਈ ਹੈ 130 ਪਲੱਸ ਵਾਲੇ ਦੇਖੋ 138 ਨੰਬਰ ਹੈ ਇਨ ਸੋਸ਼ਲ ਸਟਡੀ ਠ ਤੋਡੇ ਸਾਹਮਣੇ ਸੂਤ 134 ਨੰਬਰ ਜਦੋਂ 150 ਚ ਅਸੀਂ ਇੰਨੇ ਨੇ ਨੰਬਰ ਲੈ ਕੇ ਸਮਝ ਲਓ ਅਸੀਂ ਮੈਚ ਚ ਪੱਕੇ ਆ ਠੀਕ ਐ ਐਸਐਸਟੀ ਆ ਤੁਸੀਂ ਜਿਆਦਾ ਮੈਂ ਕਿਹਾ ਜੱਗਾ ਸੀ ਕਿਉਂ ਦੇਖੋ ਤੁਸੀਂ 130 ਨੰਬਰ ਉਸ ਤੋਂ ਬਾਅਦ ਹੋਰ ਦੇਖੋ ਤੁਹਾਨੂੰ ਹੋਰ ਵੀ ਸੂਤ ਦਿਖਾਉਣੇ ਆ ਸਿਲੈਕਟਰ ਕੈਂਡੀਡੇਟ ਵੀ ਦਿਖਾਉਣੇ ਆ 130 ਠੀਕ ਐ ਉਸ ਤੋਂ ਬਾਅਦ ਤੁਸੀਂ ਦੇਖੋ 137 ਨੰਬਰ ਜਸਪ੍ਰੀਤ ਕੌਰ ਠੀਕ ਐ ਦੇਹ ਜੋਤੀ ਕੋਰ 150 ਤੋਂ 132 ਤੇ ਉਸ ਤੋਂ ਬਾਅਦ 135 ਸਤਪਾਲ ਕੋਰ ਠੀਕ ਹੈ ਐਸਐਸਟੀ ਦੇ ਵਿੱਚੋਂ ਠੀਕ ਹੈ ਆ ਤੁਸੀਂ ਦੇਖ ਸਕਦੇ ਹੋ ਗੁਰਪ੍ਰੀਤ ਕੋ 130 ਨੰਬਰ ਐਸਐਸਟੀ ਦੇ ਵਿੱਚੋਂ ਉਸ ਦਾ 138 ਮਾਰਕ ਮੀਨੂ ਅਹੂਜਾ ਠੀਕ ਹੈ ਉਸ ਤੋਂ ਬਾਅਦ ਇੱਕ 134 ਮਾਰਕਸ ਐਸਐਸਟੀ ਦੇ ਵਿੱਚੋਂ ਇਹਨਾਂ ਦਾ ਨਾਮ ਉੱਪਰ ਲਿਖਿਆ ਹੋਏਗਾ ਠੀਕ ਹੈ ਸਤਵੀਰ ਸਤਵਿੰਦਰ ਸ਼ਾਇਦ ਅਰਵਿੰਦਰ ਦੇਖੋ ਤੁਸੀਂ ਜਿਹੜੇ 135 ਮਾਰਕਸ ਲੈ ਕੇ ਗਏ ਸੋ ਇਹ ਕਿਸ ਤਰ੍ਹਾਂ ਤਿਆਰੀ ਕਰਾਈ ਆਪਾਂ ਪੋਲੀਟੀਕਲ ਦੀ ਤਿਆਰੀ ਕਰਾਈ ਸੀ ਤੇ ਐਮਸੀਕਿਊ ਆਪਾਂ ਸਿਰਫ ਹਿਸਟਰੀ ਦੇ ਦਿੱਤੇ ਸੀ ਕਹਿਣ ਵਾਲੇ ਆਪਾਂ ਅਧੂਰੀ ਤਿਆਰੀ ਕਰਾਈ ਪੂਰੀ ਨਹੀਂ ਕਰਾਈ ਸੀ ਜਦੋਂ ਆਪਾਂ ਇਹ ਪੇਡ ਕੋਰਸ ਲਾਇਆ ਅਧੂਰੀ ਤਿਆਰੀ ਦੇ ਵਿੱਚ 135 140 ਪਲੱਸ ਸਕੋਰ ਸਟੂਡੈਂਟ ਲੈ ਕੇ ਗਏ ਤੇ ਸਿਲੈਕਟਡ ਵੀ ਹੋਏ ਠੀਕ ਹੈ 135 134 ਨਵਜੋਤ ਕੋਰ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ 133 ਐਸ ਸੀ ਆਰਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਸੋ ਇਹ ਆਪਣੇ ਬਰਿੰਦਰ ਸਿੰਘ ਸੀ ਸਟੂਡੈਂਟ 130 ਠੀਕ ਹੈ ਉਸ ਤੋਂ ਬਾਅਦ ਦੇਖੋ ਹੋਰ ਸਿਮਰਜੀਤ ਕੋਰ 131 120 ਪਲੱਸ ਵਾਲੇ ਵੀ ਚੈੱਕ ਕਰ ਲੋ ਠੀਕ ਹੈ 120 ਕਿਉਂਕਿ ਇਸ ਵਾਰ ਜਿਹੜਾ ਮਾਸਟਰ ਕੈਟਰ ਐਸਐਸਟੀ ਦਾ ਜਿਹੜਾ ਸਟੂਡੈਂਟ ਤੁਹਾਨੂੰ ਦੱਸਿਆ ਲਵਪ੍ਰੀਤ ਸਿੰਘ ਉਹ 121 ਤੀ ਲੱਗਿਆ ਠੀਕ ਹੈ ਜ਼ਰੂਰੀ ਨਹੀਂ ਕਿ ਮੈਟਰ ਆਏ ਵਾਰ ਜ਼ਿਆਦਾ ਜਾਂਦੀ ਹੈ 128 ਤੁਸੀਂ ਦੇਖੋ ਪਰ ਉਸ ਵਾਰ ਪੋਸਟਾਂ ਬਹੁਤ ਘੱਟ ਸੀ ਜਦੋਂ ਆਪਾਂ ਇਹ ਤਿਆਰੀ ਕਰਵਾਈ ਸੀ ਤੁਹਾਡੇ ਸਾਹਮਣੇ ਹੈਗਾ ਠੀਕ ਹੈ 128 ਉਸ ਤੋਂ ਬਾਅਦ ਤੁਸੀਂ ਦੇਖੋ 124 ਕੈਟਾਗਰੀ ਦੇ ਹਿਸਾਬ ਨਾਲ ਸਾਰਾ ਤੁਹਾਨੂੰ ਦੇਖਿਆ 122 ਸੋਸ਼ਲ ਸਟਡੀ ਦੇ ਵਿੱਚ ਫ ਨੇ ਆਪਣੇ ਨਾਲ ਜੁੜ ਕੇ ਇਹ ਇਸ ਤਰ੍ਹਾਂ ਤੁਸੀਂ ਵੀ ਸਕੋਰ ਜਿਹੜੇ ਤੁਸੀਂ 140 ਪਲੱਸ 130 ਪਲੱਸ ਲੱਜਾ ਸਕਦੇ ਮੈਚ ਜਾ ਸਕਦੇ ਹੋ ਆਪਣੀ ਮਾਸਟਰਗੇਟ ਦੀ ਕੁਰਸੀ ਤੇ ਬੈਠ ਸਕਦੇ ਹੋ ਆ ਦੇਖੋ ਦੇਖੋ ਸਟੂਡੈਂਟ ਨੇ ਦੋਨੇ ਤਿਆਰੀ ਕੀਤੀ 118 ਐਸਐਸਟੀ ਵਾਲੇ ਤੇ 124 ਪੰਜਾਬੀ ਦੇ ਵਿੱਚੋਂ ਠੀਕ ਹੈ ਸੋ ਹੋ ਸਕਦਾ ਜੇ ਇਹ ਲੱਗੇ ਹੋਣ ਮੇਰੇ ਕੋਲ ਸ਼ਾਇਦ ਇਹ ਨਾ ਨਹੀਂ ਹੋਣਾ ਬਾਇਓ ਡਾਟਾ ਇੱਕ ਜਸਪ੍ਰੀਤ ਕੋਲ 127 ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਦੇਖੋ 128 ਬਿੰਦਰ ਕੋਲ ਠੀਕ ਹੈ 120 ਪੇਡ ਗਰੁੱਪ ਸਾਰਾ ਕੁਝ ਲਿਖਿਆ ਹੈ ਤੁਹਾਡੇ ਸਾਹਮਣੇ 128 ਇਹ ਬਿੰਦਰ ਕੋਲ ਦੁਬਾਰਾ ਆ ਗਿਆ ਸ਼ਾਇਦ ਠੀਕ ਹੈ ਸੋ 120 ਐਸਐਸਟੀ ਆ ਦੇਖ ਸਕਦੇ ਹੋ ਨਰਜਿੰਦਰ ਪਾਲ 122 ਅੰਕ ਸੋ ਇਹ ਤੁਹਾਡੇ ਸਾਹਮਣੇ ਸੀ ਪਰ ਇਸ ਤੋਂ ਬਾਅਦ ਹੁਣ ਜੇ ਮੈਂ ਤੁਹਾਨੂੰ ਗੱਲ ਕਰਦਾ ਇਹ ਆਪਣੇ ਮਾਸਟਰਡੇਗਰੀ ਸਿਲੇਕਟਡ ਸਟੂਡੈਂਟ ਹੈਗੇ ਆ ਉਹ ਵੀ ਤੁਹਾਨੂੰ ਦਿਖਾ ਦਨੇ ਆ ਠੀਕ ਹੈ ਸੋ ਇਹ ਈਟੀਟੀ ਵੀ ਸਿਲੇਕਟਡ ਹੈਗੇ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਹੋਰ ਵੀ ਵਧੀਆ ਤਰੀਕੇ ਨਾਲ ਤਿਆਰੀ ਕਰਨੀ ਹੈਗਾ ਮੈਂ ਤੁਹਾਨੂੰ ਦੱਸਦਾ ਆਪਣੇ ਕੋਰਸਾਂ ਤੇ ਇੱਕ ਤੁਹਾਨੂੰ ਲਾਹਾ ਦਿੱਤਾ ਗਿਆ ਅ ਕੋਰਸਾਂ ਤੇ ਆਫਰ ਦਿੱਤਾ ਗਿਆ ਬਿਗ ਆਫਰ ਹੈਗਾ ਆ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਈਆਂ ਇਹ ਮਾਸਟਰ ਕੇਡਰ ਸਿਲੈਕਟਡ ਹੈਗੇ ਆਪਣੇ ਠੀਕ ਹੈ ਉਸ ਤੋਂ ਬਾਅਦ ਇਹ ਈਟੀਟੀ ਸਿਲੈਕਟਡ ਹੈਗੇ ਆ ਇਹ ਮਾਸਟਰ ਕੇਡਰ ਸਿਲੈਕਟਡ ਹੈਗਾ ਲਪਰੀ ਸਿੰਘ ਜਿਹੜਾ ਮੈਂ ਤੁਹਾਨੂੰ ਪਿੱਛੇ ਦਿਖਾਇਆ ਸੀ ਉਦੋਂ ਇਹਨਾਂ ਦੇ ਆਪਣੇ 145 ਨੰਬਰ ਸੀ ਪਰ ਦੂਸਰੀ ਵਾਰ ਜਦੋਂ ਇਹਨਾਂ ਨੇ ਉੱਪਰ ਲਿਖਿਆ ਦੇਖੋ ਸਰ ਸਭ ਤੋਂ ਬੈਨੀਫਿਟ ਲੈ ਕੇ ਇਹਨਾਂ ਦਾ ਲਾਸਟ ਵਾਲਾ ਬਾਇਓ ਡਾਟਾ ਸੀ ਪੜਾਇਆ ਸੀ ਕਿਉਂਕਿ ਇਹਨਾਂ ਨੂੰ ਅਸੀਂ ਆਲਰੇਡੀ ਉਦੋਂ ਪਲੀ ਸੈਕਟਰ ਆਪਣੇ ਸਟੂਡੈਂਟ ਹੈਗੇ ਆ ਠੀਕ ਹੈ ਇਹ ਵੀ ਆਪਣੇ ਮਾਸਟਰਗੇਜ ਸਿਲੈਕਟ ਹੋਗੇ ਸੀ ਬਾਅਦ ਚ ਇਹਨਾਂ ਨੇ ਇੱਕ ਮੈਸੇਜ ਕੀਤਾ ਦੇਖੋ 2019 ਚ ਆਪਣੇ ਕੋਲ ਪੀਐਸਟ 3 ਕਲੀਅਰ ਕੀਤਾ ਸੀ ਉਸ ਤੋਂ ਮਾਸਟਰਗੇਜ ਸਿਲੈਕਟ ਹੋਗੇ ਇਹ ਈਟੀਟੀ ਸਿਲੈਕਟਡ ਹੈਗੇ ਆ ਇਹ ਵੀ ਮਾਸਟਰਗੇਜ ਸਿਲੈਕਟਡ ਹੈਗੇ ਕਹਿੰਦਾ ਮਤਲਬ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਸਟੂਡੈਂਟ ਮਾਸਟਰਗੇਜ ਸਿਲੈਕਟਡ ਹੈਗੇ ਆ ਸੋ ਇਹਨਾਂ ਦਾ ਰੀਜ਼ਨ ਕੀ ਹੈ ਸੋ ਇਹਨੇ ਨੇ ਮਾਰਕਸ ਕਿਵੇਂ ਆਏ ਇਹਦਾ ਕਾਰਨ ਕੀ ਹੈ ਇਹਦੀ ਵਜ੍ਹਾ ਤੁਹਾਨੂੰ ਮੈਂ ਦਿਖਾ ਦਿੰਦਾ ਇਹ ਆਪਣੇ ਕੋਰਸ ਹੈਗੇ ਆ ਇਹ ਕੋਰਸ ਤੁਹਾਡੇ ਸਾਹਮਣੇ ਹੈਗੇ ਆ ਐਮਐਸਡਬਲਯੂ ਸਟਡੀ ਐਪ ਤੇ ਜਾਓ ਆਪਣਾ ਐਪ ਹੈ MSW ਸਟੱਡੀ ਪਹਿਲਾਂ ਸੁਣੋ ਮੈਂ ਐਪ ਦਿਖਾਦਾ ਕਿਸ ਤਰ੍ਹਾਂ ਦਾ ਐਪ ਆ ਉਸ ਐਪ ਤੇ ਜਾਓ ਉਸ ਐਪ ਦੇ ਵਿੱਚ ਤੁਹਾਨੂੰ ਆਪਣੇ ਕੋਰਸ ਮਿਲ ਜਾਣਗੇ ਜਿੱਥੇ ਤੁਹਾਨੂੰ ਥਿਉਰੀ ਨੋਟਸ MCQ ਨੋਟਸ ਸਭ ਕੁਝ ਮਿਲੇਗਾ ਇਹ ਵਾਲਾ ਆਪਣਾ ਐਪ ਆ ਤੁਹਾਡੇ ਸਾਹਮਣੇ ਆ ਦੇਖੋ ਆਹ ਵਾਲਾ ਐਪ ਪਲੇ ਸਟੋਰ 'ਚ ਜਾ ਕੇ ਡਾਊਨਲੋਡ ਕਰੋ ਐਪ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਹੋਊਗਾ ਠੀਕ ਆ ਉਸ ਤੋਂ ਬਾਅਦ ਫਿਰ ਕੀ ਕਰਨਾ ਤੁਸੀਂ ਸਿੱਧਾ ਡਾਇਰੈਕਟ ਜਦੋਂ ਐਪ ਨੂੰ ਡਾਊਨਲੋਡ ਕਰੋਗੇ ਉੱਥੇ ਲੌਗਇਨ ਕਰੋਗੇ ਤੁਹਾਨੂੰ ਉੱਥੇ ਸਰਚ ਮਾਰੋਗੇ ਮਾਸਟਰ ਕੈਡਰ ਕਲਾ ਲਿਖ ਕੇ ਮਾਰੋਗੇ ਸਰਚ ਆ ਦੋ ਤਰ੍ਹਾਂ ਦੇ ਕੋਰਸ ਤੁਹਾਡੇ ਸਾਹਮਣੇ ਆ ਜਾਣਗੇ ਹੁ ਸੋ ਵੀ ਇਹ ਕੋਰਸ ਤੁਹਾਨੂੰ ਚਾਹੇ ਪੰਜਾਬੀ ਦਾ ਕੋਰਸ ਲਓ ਚਾਹੇ SSC ਦਾ ਕੋਰਸ ਤੁਹਾਨੂੰ 3000 ਚ ਹੀ ਪਏਗਾ ਇਹਦੇ ਵੀ 500 ਡਿਸਕਾਊਂਟ ਦਿੱਤਾ ਗਿਆ ਦੋ ਦਿਨਾਂ ਵਾਸਤੇ ਅੱਜ ਤੇ ਕੱਲ ਰਾਤੀ 12 ਵਜੇ ਤੱਕ ਪਹਿਲੇ 30 स्टूडेंटਾਂ ਨੂੰ ਡਿਸਕਾਊਂਟ ਦਿੱਤੇ ਮੈਂ ਤੁਹਾਨੂੰ ਦਿਖਾਉਣਾ ਕਿਵੇਂ ਡਿਸਕਾਊਂਟ ਯੂਜ਼ ਕਰਨਾ ਜਿਵੇਂ ਆਪਾਂ ਇਹ ਕੋਰਸ ਓਪਨ ਕਰ ਲੈਨੇ ਆ ਤੁਹਾਡਾ ਸੋਸ਼ਲ ਸਟਡੀਜ਼ ਆ ਠੀਕ ਹੈ ਸੋਸ਼ਲ ਸਟਡੀਜ਼ ਤੁਸੀਂ ਕੰਟੈਂਟ ਚੈੱਕ ਕਰ ਲਓ ਕਿਵੇਂ ਕੰਟੈਂਟ ਪਹਿਲਾਂ ਤਾਂ ਦੇਖੋ ਕੰਟੈਂਟ ਉੱਥੇ ਬਣਾਇਆ ਹੋਇਆ ਕੰਟੈਂਟ ਚੈੱਕ ਕਰਿਆ ਦੇਖੋ SSC ਮਾਸਟਰ ਗੇਟ ਪਲੀਟੀ ਦੀ ਗੋ ਤੇ 53 ਵੀਡੀਓ ਫਿਰ ਉਹਨਾਂ ਦੇ ਨਾਲ ਦੇ ਨਾਲ ਪੰਜਾਬ ਹਿਸਟਰੀ ਹੈਗੀ ਆ ਮਾਸਟਰ ਕਿਡ ਲਈ ਇੰਡੀਅਨ ਹਿਸਟਰੀ ਸਾਰਾ ਕੁਝ ਠੀਕ ਹੈ ਤਿੰਨੇ ਤਰ੍ਹਾਂ ਦੀ ਹਿਸਟਰੀ ਜੋ ਚੀਜ਼ਾਂ ਇੱਕ ਦੋ ਪੈਂਡਿੰਗ ਆ ਉਹ ਤੁਹਾਡੀਆਂ ਸਾਰੀਆਂ ਹੋ ਜਾਣਗੀਆਂ ਹੁਣ ਤੁਸੀਂ ਕੋਰਸ ਪਰਚੇਜ਼ ਕਿਵੇਂ ਕਰਨਾ ਦੇਖੋ ਕੋਰਸ ਨੂੰ ਜਿੱਦੋਂ ਤੁਸੀਂ ਓਪਨ ਕਰੋਗੇ ਇੱਕ ਵਾਰੀ ਦੁਬਾਰਾ ਓਪਨ ਕਰ ਲੈਣੇ ਕੋਈ ਵੀ ਕੋਰਸ ਇਸ ਨੂੰ ਓਪਨ ਕਰ ਲਿਆ ਠੀਕ ਹੈ ਓਪਨ ਕਰਦੇ ਬਾਅਦ ਤੁਹਾਨੂੰ ਇੱਥੇ ਸਾਈਡ ਤੇ ਤੁਹਾਡੇ ਮੋਬਾਈਲ ਤੇ ਅਲੱਗ ਤਰ੍ਹਾਂ ਦਿਖਾਈ ਦੇਗਾ نیچے ਜਾ ਕੇ ਠੀਕ ਹੈ ਤਾਂ ਤੁਸੀਂ ਇੱਥੇ ਕੀ ਕਰੋਗੇ ਇੱਥੇ ਤੁਹਾਨੂੰ ਦਿਖਾਈ ਦੇਊਗਾ ਕੂਪਨ ਕੋਡ ਆ ਦੇਖੋ ਕੂਪਨ ਕੋਡ ਅਵੇਲੇਬਲ ਇੱਥੇ ਕਲਿੱਕ ਕਰੋਗੇ ਕੂਪਨ ਕੋਡ ਅਵੇਲ ਕਰੋ ਕਰੋਗੇ ਠੀ ਹੋ ਜੂਗਾ ਹੈ ਇਹ ਤੇ ਕਲਿਕ ਕਰੂੰਗਾ ਅਪਲਾਈ ਕਰ ਦੂੰਗਾ ਅਪਲਾਈ ਕਰ ਤੂੰ ਜਿਹੜੀ ਤੁਹਾਡੀ ਫੀਸ ਆ ਦੇਖੋ ਤੁਹਾਡੀ ਫੀਸ ਜਿਹੜੀ 3500 ਸੀ ਪਹਿਲਾਂ ਕੋਰਸ ਦੀ ਫੀਸ ਹੁਣ ਕਿੰਨੀ ਰਹਿ ਗਈ 3079 ਰੁਪਏ ਰਹਿ ਗਈ ਕਹਿਣੋ ਵੀ ਦੋ ਤਰ੍ਹਾਂ ਦਾ ਆਫਰ ਲੈ ਸਕਦੇ ਹੋ ਤੁਸੀਂ ਤੁਸੀਂ ਲਾਹਾ ਲੈ ਸਕਦੇ ਇਹਨਾਂ ਕੋਰਸਾਂ ਦੇ ਰਾਹੀਂ ਠੀਕ ਹੈ ਚਾਹੇ ਤੁਸੀਂ ਐਸਐਸਟੀ ਦੇ ਆ ਕੋਰਸ ਲੈਣਾ ਚਾਹੋ ਚਾਹੇ ਪੰਜਾਬੀ ਮਾਸਟਰ ਗ੍ਰੇਡਰ ਦਾ 500 ਦਾ ਬਿੱਗ ਡਿਸਕਾਊਂਟ ਤੁਹਾਨੂੰ ਦਿੱਤਾ ਜਾ ਰਿਹਾ ਠੀਕ ਹੈ ਸੋ ਇਸ ਤੋਂ ਇਲਾਵਾ ਕੁਝ ਹੋਰ ਵੀ ਛੋਟੇ ਮੋਟੇ ਕੋਰਸ ਤੁਸੀਂ ਆਪਣੇ ਫੋਲੋ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਰეკਮੈਂਡ ਹੀ ਕਰਾਂਗਾ ਕਿ ਕੋਈ ਫੁੱਲ ਤਿਆਰੀ ਕਰੋ ਇਸ ਤਰ੍ਹਾਂ ਤੁਸੀਂ ਪੰਜਾਬੀ ਦੇ ਕੋਰਸ ਰਾਹੀ ਦੀ ਹੈ ਪੰਜਾਬੀ ਦੇ ਵੀ ਤੁਸੀਂ ਆਪਣਾ ਕੂਪਨ ਯੂਜ਼ ਕਰ ਸਕਦੇ ਹੋ ਸਾਰਾ ਕੁਝ ਠੀਕ ਹੈ ਸੋ ਇਹ ਚੀਜ਼ਾਂ ਤੁਹਾਡੇ ਸਾਹਮਣੇ ਹੈਗੀਆਂ ਤਾਂ ਅੱਜ ਹੀ ਵਿਸਟ ਕਰੋ ਤੇ ਜੇਕਰ ਤੁਸੀਂ ਜ਼ਿਆਦਾ ਹੋਰ ਜਾਣਕਾਰੀ ਲੈਣੀ ਹੈ ਇਹਨਾਂ ਕੋਰਸਾਂ ਬਾਰੇ ਆਪਣਾ ਐਪ ਐਮ ਐਸ ਡਬਲਯੂ ਸਟੱਡੀ ਡਾਊਨਲੋਡ ਕਰ ਲਓ ਪਲੇ ਸਟੋਰ ਦੇ ਵਿੱਚ ਜਾ ਕੇ ਠੀਕ ਹੈ ਇਹ ਆਪਣਾ ਨੰਬਰ ਹੋਊਗਾ 98787 98787 31752 ਸੋ ਇਸ ਨੰਬਰ ਦੀ ਜਾਣਕਾਰੀ ਲੈਸ ਤੋਂ ਆਪਣੇ ਇਹਨਾਂ ਕੋਰਸਾਂ ਬਾਰੇ ਆਫਰ ਬਾਰੇ ਠੀਕ ਹੈ ਇਸ ਤੋਂ ਇਲਾਵਾ ਤੁਸੀਂ ਐਮਸੀਕਿਊ ਰਾਹੀਂ ਆਪਣੀਆਂ YouTube ਦੀਆਂ ਫ੍ਰੀ ਕਲਾਸਾਂ ਰਾਹੀਂ ਮਾਸਟਰ ਗ੍ਰੇਡ ਐਸਐਸਟੀ ਜਾਂ ਪੰਜਾਬੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਆਪਣਾ ਨਾਮ ਲਿਖੋ ਆਪਣਾ ਸਬਜੈਕਟ ਲਿਖੋ ਡਿਸਟ੍ਰਿਕਟ ਲਿਖੋ ਜੈਂਡਰ ਲਿਖ ਕੇ ਚਿੱਠੀ ਲਿਖ ਕੇ ਭੇਜ ਦਿਓ ਇਸ WhatsApp ਨੰਬਰ ਤੇ ਤੁਹਾਨੂੰ ਫ੍ਰੀ ਦੇ ਵਿੱਚ WhatsApp ਤੇ ਐਡ ਕਰ ਲਿਆ ਜਾਏਗਾ ਗਰੁੱਪ ਦੇ ਐਸਐਸਟੀ ਦੇ ਮਾਸਟਰ ਗ੍ਰੇਡ ਦੇ ਪੰਜਾਬੀ ਨੂੰ ਪੰਜਾਬੀ ਦੇ ਵਿੱਚ ਐਡ ਕਰ ਲਿਆ ਜਾਏਗਾ ਇਸ ਤੋਂ ਇਲਾਵਾ Telegram ਤੇ ਜਰੂਰ ਜੁੜੋ ਡੇਲੀ Telegram ਤੇ ਤੁਹਾਨੂੰ ਮਾਸਟਰ ਗ੍ਰੇਡ ਤੋਂ ਸੰਬੰਧੀ ਜਿਹੜੀ ਜਾਣਕਾਰੀ ਮਿਲਦੀ ਹੈ ਉੱਥੇ ਜਿਹੜੇ ਕਲਾਸਾਂ ਦੇ ਲਿੰਕ ਜ ਇੰਕਾ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਜੂ ਹੀ ਹੈਗਾ ਐਪ ਡਾਊਨਲੋਡ ਲਈ ਕਰਨ ਵਾਸਤੇ ਤੁਸੀਂ ਸਿਰਫ ਇੱਕ ਹੀ ਕੰਮ ਕਰਨਾ ਹੋਵੇਗਾ ਸਰਚ ਮਾਰਨਾ ਹੋਵੇਗਾ ਜਾ ਕੇ ਉੱਥੇ ਐਮ ਐਸ ਡਬਲਯੂ ਸਟੱਡੀ ਪਲੇ ਸਟੋਰ ਚ ਸਰਚ ਮਾਰੋਗੇ ਐਪ ਆ ਜਾਊਗਾ ਉਹਨੂੰ ਓਪਨ ਕਰ ਲਓਗੇ ਨੰਬਰ ਭਰ ਕੇ ਉੱਥੇ ਕੋਰਸ ਤੁਸੀਂ ਕੂਪਨ ਯੂਜ਼ ਕਰਕੇ ਬਾਏ ਕਰ ਸਕਦੇ ਹੋ ਇਸ ਲਈ ਬਈ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਤੁਹਾਨੂੰ ਮਿਲ ਜਾਏਗਾ ਕੋਰਸ ਠੀਕ ਹੈ ਸੋ ਹੋਰ ਕੋਈ ਪੀ ਐਸਟਡ ਵਗੈਰਾ ਦੇ ਕੋਰਸ ਹੈਗੇ ਤੁਸੀਂ ਇਹ ਵੀ ਫਾਲੋ ਕਰ ਸਕਦੇ ਹੋ ਆਪਣੇ ਲਈ ਕੇ ਚੈਨਲ ਦੇ ਨਾਲ ਹੀ ਠੀਕ ਹੈ ਇਹਨਾਂ ਦੀ ਬਹੁਤ ਘੱਟ ਫੀਸ ਹੈਗੀ ਹੈ ਸੋ ਕਿਸੇ ਵੀ ਤਰ੍ਹਾਂ ਦੀ ਹੋਰ ਜ਼ਿਆਦਾ ਜਾਣਕਾਰੀ ਹੈ ਤਾਂ ਨੰਬਰ ਤੁਹਾਡੀ ਸਕਰੀਨ ਤੇ ਤੇ ਇਸ ਤੋਂ ਇਲਾਵਾ ਜਿਹੜੀ ਹੁਣ ਜਿਨ੍ਹਾਂ ਦੇ ਹਲੇ ਵੀ ਮਨਚ ਵਹਿਮ ਆ ਕਿ ਮਾਸਟਰਗੇਟ ਭਰਤੀ ਕਿਤੇ ਆਉਣੀ ਨਹੀਂ ਮਾਸਟਰਗੇਟ ਭਰਤੀ ਪਤਾ ਨਹੀਂ ਕੀ ਗੱਲ ਹੈ ਸਿਰਫ ਕੋਰਸ ਵੇਚਣ ਦੇ ਮਾਰੇ ਕਰ ਰਿਹਾ ਨਹੀਂ ਤਾਂ ਜਹਾ ਕੁਝ ਨਹੀਂ ਤੁਹਾਡੇ ਸਾਹਮਣੇ ਪਹਿਲਾਂ ਸਬੂਤ ਪੇਸ਼ ਕੀਤੇ ਐ ਸਬੂਤ ਤੋਂ ਬਾਅਦ ਤੁਹਾਡੇ ਨਾਲ ਗੱਲ ਕੀਤੀ ਹੈ ਤੁਸੀਂ ਇਹ ਦੇਖੋ ਕਿ ਜਦੋਂ ਇਸ ਤਰ੍ਹਾਂ ਕਹਿੰਦੇ ਵੀ ਪਹਿਲਾਂ ਜਦੋਂ ਹਨੇਰੀ ਆਉਦਾ ਉਸ ਤੋਂ ਬਾਅਦ ਹੀ ਮੀਂਹ ਆਉਂਦਾ ਤਾਂ ਇਹ ਆਪਣੇ ਆਪ ਸਮਝ ਲਓ ਜਿਹੜੇ ਨੋਟਸ ਵਾਇਰਲ ਹੋ ਰਹੇ ਨੇ ਤੁਹਾਡੇ ਸਾਹਮਣੇ ਜਿਹੜੀਆਂ ਕੁਝ ਕਟਿੰਗ ਵਾਇਰਲ ਹੋ ਰਹੀਆਂ ਦਾ ਮਤਲਬ ਹਨੇਰੀ ਆਈ ਹੈ ਤੇ ਹਨੇਰੀ ਤੋਂ ਬਾਅਦ ਤੁਹਾਡਾ ਮਾਸਟਰਗੇਟ ਭਾ ਮੀਂਹ ਆ ਜਾਣਾ ਫਿਰ ਬਾਅਦ ਪਛਤਾ ਕੰਪਲੀਟ ਕਰਾਂਗੇ ਸੋ ਜੁੜੇ ਰਹੋ ਚੈਨਲ ਨਾਲ ਜਾਣਕਾਰੀ ਬទ ਲਈ ਲਾਈਕ ਸ਼ੇਅਰ ਕਮੈਂਟ ਕਰੋ ਮਿਲਾਂਗੇ ਨੈਕਸਟ ਕਿਸੇ ਹੋਰ ਵੀ ਦਿਨ ਤੱਕ ਲਈ ਸਸੇਕਾਲ ਧੰਨਵਾਦ